ਅਸੰਖ ਜੋਗ ਮਨ ਰਹੇ ਉਦਾਸ ਹੁਣ ਐਸਾ ਪ੍ਰੇਮ ਕਰਨ ਵਾਲੇ ਇਹ ਨੇ ਜਿਹੜੇ ਆਪਣੇ ਮਨ ਵਿੱਚ ਉਦਾਸੀਆਂ ਘਟ ਰਹੇ ਨੇ ਮਨ ਰਹੇ ਉਦਾਸ ਅਰਬਾਂ ਖਰਬਾਂ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖਾ ਤੇਰੇ ਭਗਤ ਤੇਰੀ ਭਗਤੀ ਵਿੱਚ ਲੀਨ ਹਨ ਜਿਸ ਤਰ੍ਹਾਂ ਤੂੰ ਵੇ ਪ੍ਰਵਾਹ ਹੈ ਇਸੇ ਤਰ੍ਹਾਂ ਤੇਰੇ ਭਗਤ ਵੀ ਵੇ ਪ੍ਰਵਾਹੋ ਕੇ ਤੁਰਦੇ ਹਨ ਹੁਣ ਉਹਨਾਂ ਦੇ ਅੰਦਰ ਤੇਰੀ ਭਗਤੀ ਤੇਰੇ ਜੀਵਨ ਜਾਪ ਤੋਂ ਇਲਾਵਾ ਹੋਰ ਕੋਈ ਸਾਧਨ ਨੂੰ ਉਹ ਮੰਨਦੇ ਹੀ ਨਹੀਂ ਤੇਰੇ ਗੁਣ ਤੇਰੇ ਗਿਆਨ ਦੀ ਵਿਚਾਰਾਂ ਕਰਨ ਵਾਲੇ ਅਸੰਖਾਂ ਹਨ ਅਸੰਖ ਸਤੀ ਅਸੰਖ ਦਾਤਾਰ ਅਰਬਾ ਕਰਬਾ ਅਸੰਖ ਤੇਰੀ ਸੱਤ ਤੇ ਤੇਰੇ ਹੁਕਮ ਤੇ ਤੁਰਨ ਵਾਲੇ ਨੇ ਤੇਰੀ ਆਗਿਆ ਵਿੱਚ ਤੁਰਨ ਵਾਲੇ ਨੇ ਅਸੰਖ ਦਾਤਾਰ ਜਿਹੜੇ ਦਾਤਾਂ ਤੂੰ ਦਿੰਦਾ ਹੈ ਇਹਨੂੰ ਵੰਡਣ ਵਾਲੇ ਵੀ ਅਸੰਖਾ ਹਨ ਔਰ ਵੰਡੀ ਜਾ ਰਹੇ ਨੇ ਇਹ ਕਹਿ ਕੇ ਵੰਡ ਰਹੇ ਨੇ ਕਿ ਮੇਰੀਆਂ ਦਾਤਾਂ ਨੇ ਲੇਕਿਨ ਹੈ ਰੱਬ ਜੀ ਦੀਆਂ ਦਾਤਾਂ ਨੇ ਤੇ ਇਹ ਸਮਝ ਗੁਰਮਤਿ ਦੀ ਵਿਚਾਰਧਾਰਾ ਤੇ ਜੀਣ ਵਾਲੇ ਨੂੰ ਹੀ ਸਮਝ ਆਂਦੀ ਹੈ ਕਿ ਮਨ ਬਚਨ ਕਰਮ ਕਰਕੇ ਹੀ ਤੁਰਨ ਵਾਲੇ ਨੂੰ ਆਂਦੀ ਹੈ ਅਸੰਖ ਸੂਰ ਮੋਹਪਕਸਾਰ हे ਪ੍ਰੀਤਮ ਤੇਰੇ ਅਸੰਖਾ ਸੂਰ ਕਹਿੰਦੇ ਨੇ ਦੇਵਤੇ ਅਸੰਖਾ ਤੇਰੇ ਦੇਵਤੇ ਇੱਥੇ ਤੇ ਕਰੋੜਾਂ ਦੀ ਗੱਲ ਕਰਨੇ ਅਸੰਖਾ ਤੇਰੇ ਦੇਵਤੇ ਨੇ ਤੇਰੀ ਆਗਿਆ ਤੇ ਤੁਰਨ ਵਾਲੇ ਨੇ ਮੋਹਪਕਸਾਰ ਮੂੰ ਤੂੰ ਬੋਣੀਆਂ ਤੇਰੇ ਗੀਤ ਗਾਉਣ ਵਾਲੀਆਂ ਬਾਣੀਆਂ ਅਸੰਖਾਂ ਇਨਾਂ ਦੀ ਗਿਣਤੀ ਨਹੀਂ ਜੇ ਦੀ ਗਿਣਤੀ ਹੋ ਜਾਏ ਉਹ ਦੁਨੀਆਂ ਦੀ ਚੀਜ਼ ਹੈ ਜਿਹਦੀ ਗਿਣਤੀ ਨਾ ਹੋ ਸਕੇ ਉਹ ਰੱਬ ਦੀ ਹੈ ਗਿਣਤੀ ਔਰ ਨਾ ਗਿਣਤੀ ਦੋਨੋਂ ਹੀ ਰੱਬ ਦੀ ਦੀਆਂ ਹਨ ਅਸੰਖ ਮੋਨ ਲਿਵ ਲਾਏ ਤਾਰ ਸੰਖਾਂ ਚੁੱਪ ਰਹਿ ਕੇ ਮੋਨੀ ਰਹਿ ਕੇ ਇੱਕ ਲਿਵ ਚ ਤੇਰੇ ਗੀਤ ਗਾਉਂਦੇ ਨੇ ਲੇਕਿਨ ਇਹਨਾਂ ਸਾਧਨਾ ਨੂੰ ਉਹ ਸਮਝ ਚੁੱਕੇ ਨੇ ਇਹਨਾਂ ਨੂੰ ਨਹੀਂ ਅਪਣਾਉਂਦੇ ਜਿਹੜੇ ਗੁਰਮਤ ਦੇ ਮਾਰਗ ਤੇ ਤੁਰਦੇ ਨੇ ਜਿਹੜੇ ਇਹ ਕਹਿੰਦੇ ਨੇ ਅਸੀਂ ਤੇਰੇ ਤੋਂ ਵਾਰੇ ਨਹੀਂ ਜਾ ਸਕਦੇ ਤੇਰੀ ਕੁਦਰਤ ਦਾ ਬਿਆਨ ਨਹੀਂ ਕਰ ਸਕਦੇ ਇਹ ਗਲਤ ਤਰੀਕੇ ਮਾਈਥੋਲੋਜੀਕ ਤਰੀਕੇ ਮਿਥਿਆਸਕ ਤਰੀਕੇ ਇਹ ਉਹਨਾਂ ਵਾਸਤੇ ਕੋਈ ਮਾਇਨੇ ਨਹੀਂ ਰੱਖਦੇ ਉਹਨਾਂ ਦੇ ਜੀਵਨ ਦੀ ਸ਼ੈਲੀ ਉਹਨਾਂ ਅਸੰਖਾਂ ਤਰੀਕੇ ਨਾਲ ਮਨ मनोकल्प तरीके ਨੂੰ ਅਪਣਾ ਕੇ ਕੀ ਰੱਬ ਜੀ ਮਿਲਣਗੇ ਉਹਨਾਂ ਦਾ ਤਿਆਗ ਕਰਦੇ ਹਨ ਲੇਕਿਨ ਹੈ ਅ ਸੰਖਾ ਹਨ ਇਹਨਾਂ ਦੀ ਗਿਣਤੀ ਨਹੀਂ ਹੈ ਕੁਦਰਤ ਕਮਣ ਕਹਾ ਵਿਚਾਰ ਮੈਂ ਕੀ ਵਿਚਾਰ ਦੇ ਸਕਦਾ ਹਾਂ ਤੇਰੀ ਕੁਦਰਤ ਬਾਰੇ ਮੈਂ ਬਿਆਨ ਨਹੀਂ ਕਰ ਸਕਦਾ ਤੇ ਤੇਰੇ ਬਾਰੇ ਸਤਿਗੁਰੂ ਜੀ ਕੀ ਬਿਆਨ ਕਰਾਂਗਾ ਮੈਂ ਤੇਰੇ ਤੱਕ ਅਪੜ ਵੀ ਨਹੀਂ ਸਕਦਾ ਮੈਂ ਤੇਰੇ ਵਿੱਚ ਲੀਨ ਹੋ ਸਕਦਾ ਤੈਨੂੰ ਪਕੜ ਚ ਨਹੀਂ ਲਿਆ ਸਕਦਾ ਤੂੰ ਅਗੋਚਰ ਹੈ ਤੇਰੀ ਮੇਰੀ ਇੰਦਰੀਆਂ ਤੋਂ ਪਰੇ ਹੈ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਹਜ਼ਾਰਾਂ ਵਾਰ ਤੇਰੇ ਤੋਂ ਆਪਣੇ ਆਪ ਨੂੰ ਕੁਰਬਾਨ ਕਰਾਂ ਕਰੋੜਾਂ ਵਾਰ ਅਰਬਾਂ ਕਰਬਾਂ ਵਾਰ ਤਾਂ ਵੀ ਇੱਕ ਵਾਰ ਵੀ ਤੇਰੇ ਤੋਂ ਪੂਰਨ ਤੌਰ ਤੇ ਕੁਰਬਾਨ ਨਹੀਂ ਹੋ ਸਕਦਾ ਤੇਰੇ ਤੋਂ ਕੁਰਬਾਨ ਹੋਣਾ ਮੇਰੇ ਵਾਸਤੇ ਦੀ ਗੱਲ ਨਹੀਂ ਹੈ ਤੂੰ ਆਪਣੇ ਵਿੱਚ ਲੀਨ ਕਰ ਲਵੇਂ ਇਹ ਤੇਰੇ ਵਾਸ ਵਿੱਚ ਹੈ ਮੇਰੇ ਵਾਸ ਵਿੱਚ ਨਹੀਂ ਹੈ ਕਿ ਮੈਂ ਤੇਰੇ ਵਿੱਚ ਲੀਨ ਵੀ ਹੋ ਸਕਾਂ ਇਸ ਕਰਕੇ ਕਿਉਂਕਿ ਮਨੁੱਖ ਸਮਝ ਆ ਗਈ ਹੈ ਹਰ ਮਨੁੱਖ ਨੂੰ ਹਰ ਮਨ ਨੂੰ ਸਮਝ ਆ ਜਾਵੇ ਜੋ ਤੁਦ ਭਾਵੈ ਸਾਈ ਪਲਿੰਕਾਰ ਇਹ ਨਹੀਂ ਕਿ ਮੇਰੇ ਮਨ ਦੀ ਮਰਜ਼ੀ ਚਲੇਗੀ ਹੁਣ ਆਪਣੇ ਮਨ ਦੀ ਮਰਜ਼ੀ ਖਤਮ ਇੱਥੇ ਗੁਰੂ ਦੀ ਮਰਜ਼ੀ ਚਲੇਗੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਮਰਜ਼ੀ ਚਲੇਗੀ ਕਿਉਂਕਿ ਮਨ ਵੇਚਿਆ ਸਤਿਗੁਰੂ ਕੇ ਪਾਸ ਜਿਨ੍ਹਾਂ ਜੱਬ ਬਾਣੀ ਨੂੰ ਸਮਝ ਲਿਆ ਹੈ ਉਹ ਸਮਝ ਗਏ ਨੇ ਕਿ ਇਹ ਮਨ ਸਤਿਗੁਰੂ ਅੱਗੇ ਭੇਟ ਕਰ ਦੇਣਾ ਉਹ ਸਤਿਗੁਰੂ ਦੇ ਗੁਣਾਂ ਨੂੰ ਲੈ ਕੇ ਅਨਮੋਲ ਰਤਨ ਰੂਪੀ ਗੁਣਾਂ ਨੂੰ ਜੀਣ ਦੇ ਵਾਸਤੇ ਲੈ ਕੇ ਮਨ ਨੂੰ ਅੱਗੇ ਵੇਚਣਾ ਹੈ ਉਹ ਗੁਣ ਲੈਣੇ ਨੇ ਤੇ ਇਹ ਮਨ ਉੱਥੇ ਰੱਖ ਦੇਣਾ ਹੁਣ ਇਹ ਵੀ ਸਮਝ ਆ ਗਈ ਅਸ਼ੰਖ ਮੂਰਕ ਅੰਧਕੋਰ 18 ਪੌੜੀ ਜਿਹੜੀ ਸਾਨੂੰ ਬਿਆਨ ਕਰ ਰਹੀ ਹੈ 17ਵੀਂ ਪੌੜੀ ਤੱਕ ਅਸੀਂ ਸਮਝਿਆ ਕਿ ਕਿਤਨੇ ਜਪ ਕਰਨ ਵਾਲੇ ਕਿਨੇ ਤਪ ਕਰਨ ਵਾਲੇ ਕਰਵਾ ਹਰਵਾ ਖਰਵਾ ਅਸੰਖ ਜਿਨ੍ਹਾਂ ਦੀ ਗਿਣਤੀ ਨਹੀਂ ਹੈ ਹਰ ਜੀਵ ਤੇਰਾ ਜਾਪ ਕਰ ਰਿਹਾ ਜਿੰਨੀਆਂ ਬੋਲੀਆਂ ਨੇ ਤੇਰੀਆਂ ਬੋਲੀਆਂ ਹਨ ਜਿਨੇ ਪੈਰ ਹਨ ਤੇਰੇ ਪੈਰ ਹਨ ਜਿਨੇ ਸ਼ਰੀਰ ਹਨ ਜਿਨੇ ਜੀਵ ਹਨ ਤੇਰੇ ਹਨ ਜਿੰਨੀਆਂ ਅੱਖਾਂ ਨੇ ਤੇਰੇ ਹਨ ਜਿਨੇ ਹੱਥ ਹਨ ਤੇਰੇ ਹਨ ਇਹ ਸਮਝ ਆ ਚੁੱਕੀ ਹੈ ਹੁਣ ਇਸ ਤੋਂ ਪਰੇ ਦੀ ਸੋਚ ਨਹੀਂ ਪੈਦਾ ਕਰਦਾ ਨਾ ਇਹ ਮਨ ਹੁਣ ਉਸ ਤੋਂ ਪਰੇ ਜਾਣਾ ਹੀ ਨਹੀਂ ਚਾਹੁੰਦਾ ਇਹ ਮਨ ਸਮਝ ਚੁੱਕਾ ਕਿ ਮੇਰੇ ਸਤਿਗੁਰੂ ਗੁਰਗ੍ਰੰਥ ਸਾਹਿਬ ਤੋਂ ਇਲਾਵਾ ਮੇਰੀ ਰਾਖੀ ਕੋਈ ਕਰ ਹੀ ਨਹੀਂ ਸਕਦਾ ਮੇਰੇ ਮਨ ਨੂੰ ਕੋਈ ਸਮਝਾ ਹੀ ਨਹੀਂ ਸਕਦਾ ਕਿਉਂਕਿ ਸਮਝ ਵਿੱਚ ਆ ਚੁੱਕਾ ਹੈ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮਖੋਰ ਸ਼ੰਖਾ ਠੱਗੀਆਂ ਕਰ ਰਹੇ ਨੇ ਅਸੰਖ ਲੋਕ ਐਸੇ ਨੇ ਜਿਹੜੇ ਕਿਰਤ ਨਹੀਂ ਕਰਦੇ ਬੈਠ ਕੇ ਖਾ ਰਹੇ ਨੇ ਅਸੀਂ ਸਮਝ ਰਹੇ ਹਾਂ ਕਿ ਉਹਨਾਂ ਨੂੰ ਸੁੱਖ ਮਿਲ ਰਹੇ ਨੇ ਦੇਖੋ ਨਾ ਜੀ ਉਹ ਕੋਈ ਕੰਮ ਨਹੀਂ ਕਰਦੇ ਫਿਰ ਵੀ ਉਹਨਾਂ ਕੋਲ ਸੁੱਖ ਹੈ ਹੁਣ ਗੁਰਮਤ ਸਮਝਣ ਵਾਲਾ ਸਿੱਖਣ ਵਾਲਾ ਇਹ ਸਮਝ ਲਿਆ ਹੈ ਕਿ ਸੰਸਾਰਕ ਸੁੱਖ ਵਿੱਚ ਸੁੱਖ ਨਹੀਂ ਹੈ ਕਿਉਂਕਿ ਸੰਸਾਰਕ ਸੁੱਖ ਵਿੱਚ ਦੁੱਖ ਹੈ ਸੁੱਖ ਕੇ ਹੇਤ ਬਾਤ ਦੁੱਖ ਪਾਵਾਂ ਸੇਵਕਰਤ ਜਨ ਜਨ ਕੀ ਚਾਪਲੂਸੀਆਂ ਕਰ ਰਿਹਾ ਕਿਰਤ ਕਰਕੇ ਆਪਣੇ ਕਮਾਈ ਦੇ ਨਾਲ ਆਪਣੇ ਪਰਿਵਾਰ ਨੂੰ ਚਲਾਉਣਾ ਇਹ ਚਾਪਲੂਸੀ ਨਹੀਂ ਹੈ ਜਿਸਕੇ ਕੋਲ ਕੰਮ ਕਰਾਂਗੇ ਨੌਕਰੀ ਕਰਾਂਗੇ ਉਸ ਤੋਂ ਅਸੀਂ ਤਨਖਾਹ ਲੈਣੀ ਹੈ ਉਹਦੀ ਡਿਊਟੀ ਇਮਾਨਦਾਰੀ ਦੇ ਨਾਲ ਕਰਨਾ ਇਹ ਚਾਪਲੂਸੀ ਨਹੀਂ ਹੈ ਲੇਕਿਨ ਆਪਣੇ ਕੰਮ ਤੋਂ ਆਪਣੀ ਸਮਝ ਤੋਂ ਜ਼ਿਆਦਾ ਪਾਉਣ ਦੀ ਤਮੰਨਾ ਕਰਨ ਵਾਸਤੇ ਉਸ ਦੀ ਚਾਪਲੂਸੀ ਕਰਨੀ ਕੀ ਗਲਤ ਹੈ ਇਸ ਨੂੰ ਸਮਝਣਾ ਹੈ ਤੇ ਐਸੇ ਅਨੇਕਾਂ ਅਸੰਖਾਂ ਚੋਰ ਹਨ ਅਰਬ ਕਰੋੜ ਖਰਬ ਨਹੀਂ ਅਰਬ ਖਰਬ ਨਹੀਂ ਇਥੇ ਅਸੰਖਾਂ ਦੀ ਗਿਣਤੀ ਖਤਮ ਹੋ ਜਾਏ ਸੰਖ ਤੋਂ ਅੱਗੇ ਅਸੰਖ ਸੰਖ ਤੱਕ ਗਿਣਤੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਅਸੰਖ ਅਸੰਖ ਅਮਰ ਕਰ ਜਾਏ ਜੋਰ ਆਪਣੇ ਆਪ ਨੂੰ ਅਮਰ ਕਰਨ ਦਾ ਜ਼ੋਰ ਲਾ ਰਹੇ ਨੇ ਕਿ ਮੈਂ ਅਮਰ ਹੋ ਜਾਣਾ ਮੇਰੀ ਉਮਰ ਲੰਬੀ ਹੋ ਜਾਣਾ ਇਹ ਜ਼ੋਰ ਲਾ ਲਾ ਕੇ ਸੰਸਾਰ ਤੋਂ ਉਤਰ ਗਏ ਇਹ ਮੁਕਤ ਹੋ ਗਏ ਮੁਕਤੀ ਦਾ ਜ਼ੋਰ ਲਾ ਲਾ ਕੇ ਖਤਮ ਹੋ ਗਏ ਫਲਾਣੇ ਬਾਬੇ ਤਾਰ ਲੈਂਦੇ ਨੇ ਐਸੀ ਲੋਕ ਵੀ ਸੰਸਾਰ ਵਿੱਚ ਅਸੰਖਾਂ ਹਨ ਅਸੰਖ ਪਾਪੀ ਪਾਪ ਕਰ ਜਾਂਦੇ ਹਨ ਅਸੰਖਾ ਪਾਪ ਕਮਾਉਣ ਵਾਲੇ ਨੇ ਔਰ ਪਾਪ ਕਰ ਕਰਕੇ ਸੰਸਾਰ ਤੋਂ ਚਲੇ ਜਾਂਦੇ ਨੇ ਉਹਨਾਂ ਪਾਪ ਕਰਨ ਵਾਲਿਆਂ ਨੂੰ ਦੂਜੇ ਦੇਖ ਕੇ ਸਮਝਦੇ ਨੇ ਸੁਖੀ ਨੇ ਦੁੱਖ ਦਾ ਕਾਰਨ ਹੀ ਦੂਸਰੇ ਦੇ ਸੁਖ ਨੂੰ ਦੇਖ ਕੇ ਬੰਦਾ ਦੁਖੀ ਹੈ ਨਾ ਕਿ ਆਪਣੇ ਦੁੱਖ ਤੋਂ ਬੰਦਾ ਦੁਖੀ ਹੈ ਆਪਣੇ ਅੰਦਰ ਜਿਹੜਾ ਦੁੱਖ ਹੈ ਅੰਦਰ ਸੰਤੋਖ ਨਹੀਂ ਹੈ ਅੰਦਰ ਈਰਖਾ ਹੈ ਦੁਸ਼ੈ ਨਫ਼ਰਤ ਹੈ ਦੂਸਰੇ ਦੀ ਖੂਬਸੂਰਤੀ ਦੇਖ ਕੇ ਦੁਖੀ ਹੈ ਦੂਸਰੇ ਦਾ ਧਨ ਦੇਖ ਕੇ ਦੁਖੀ ਹੈ ਦੂਸਰੇ ਦੀ ਪਾਵਰ ਦੇਖ ਕੇ ਦੁਖੀ ਹੈ ਆਪਣੇ ਸਚਿਆਰੇ ਜੀਵਨ ਵੱਲ ਧਿਆਨ ਨਹੀਂ ਹੈ ਆਪਣੇ ਜੀਵਨ ਨੂੰ ਸਚਿਆਰਾ ਬਿਹਾਨਾ ਵੱਲ ਧਿਆਨ ਨਹੀਂ ਹੈ ਪਿਆਰਿਓ ਇਸ ਗੱਲ ਨੂੰ ਬੜੇ ਭਲੇ ਤਰੀਕੇ ਨਾਲ ਸਮਝ ਲੈਣਾ ਕਿ ਇਹ ਜਿਹੜੀ 18ਵੀਂ ਪੌੜੀ ਸਾਨੂੰ ਸੰਕੇਤ ਦੇ ਰਹੀ ਹੈ ਔਰ ਇਨਾਂ ਅਸੰਖ ਪਾਪ ਕਰਨ ਵਾਲੇ ਹਤਿਆਕ ਮਾਣ ਵਾਲੇ ਇਨਾਂ ਦੀ ਸੰਕੇਤ ਨੂੰ ਦੇ ਕੇ ਸਮਝਾਣਾ ਕਰ ਰਿਹਾ ਹੈ ਕਿ ਇਨਾਂ ਨੂੰ ਦੇਖ ਕੇ ਜੀਵਨ ਨਹੀਂ ਬਣਾਣਾ ਕਿ ਉਹ ਪਾਪ ਕਰਕੇ ਸੁਖ ਹੋ ਰਿਹਾ ਤੇ ਮੈਂ ਵੀ ਪਾਪ ਕਰਕੇ ਸੁਖ ਇਕੱਠਾ ਕਰ ਲਾਂ ਇਸ ਕਰਕੇ ਮੈਂ ਪਾਪੀ ਬਣ ਰਿਹਾ ਉਹ ਝੂਠ ਬੋਲ ਕੇ ਧਨ ਕਮਾ ਰਿਹਾ ਤੇ ਮੈਂ ਵੀ ਝੂਠ ਬੋਲ ਕੇ ਧਨ ਕਮਾ ਲਾਂ ਉਹਨੇ ਐਗਜ਼ਾਮ ਵਿੱਚ ਚੋਰੀ ਕੀਤੀ ਤੇ ਉਹ ਫਰਸਟ ਡਿਵੀਜ਼ਨ ਆ ਗਿਆ ਮੈਂ ਵੀ ਚੋਰੀ ਕਰਕੇ ਫਰਸਟ ਡਿਵੀਜ਼ਨ ਲੈਣਾ ਆਪਣੀ ਕਿਰਤ ਆਪਣੀ ਮਿਹਨਤ ਦਾ ਤ્યાਗ ਕਰ ਦੇਣਾ ਦੂਸਰੇ ਦੇ ਉਹਨਾਂ ਸੁੱਖਾਂ ਨੂੰ ਦੇਖ ਕੇ ਜਿਹੜੇ ਕਿ ਪਾਪੀ ਸੁੱਖ ਹਨ ਸਤਿਗੁਰੂ ਪਿਤਾ ਏ ਕਿਰਪਾ ਕਰਦੇ ਉਹ ਐਸਾ ਸਮਝ ਕੇ ਹੀ ਅਸੀਂ ਜੀਵਨ ਸਵਾਰ ਸਕਦੇ ਹਾਂ